ਸੋ ਹੁਣ ਤੱਕ ਅਸੀਂ ਜਿੰਨੇ ਵੀ ਕੰਟੈਸਟੈਂਟਸ ਦੇ ਨਾਲ ਮਿਲਿਆ ਉਹਨਾਂ ਵਿੱਚੋਂ ਇਹ ਸਭ ਤੋਂ ਛੋਟੀ ਏਜ ਜਿਹੜੀ ਕਹਿ ਲਈਏ 15 ਹੈ ਨਾ 15 ਦੇ ਹੋਣਾ ਅਤੇ ਇਹ 15 ਏਜ ਦੇ ਕੰਟੈਸਟੈਂਟ ਸਾਨੂੰ ਮਿਲੇ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਕੀ ਨਾਮ ਹੈ ਅਰਜੁਨ ਸਿੰਘ ਜੀ ਗਾਉਂਦਾ ਪੰਜਾਬ ਬਾਰੇ ਕਿੱਥੋਂ ਸੁਣਿਆ ਸੀ ਅਤੇ ਕਦੋਂ ਸੋਚਿਆ ਕਿ ਮੈਂ ਆਡੀਸ਼ਨ ਦੇਣ ਆਉਣਾ ਮੈਂ ਬ੍ਰਦਰ ਕੋਲ ਸੁਣਿਆ ਹੈ ਬ੍ਰਦਰ ਕਹਿੰਦੇ ਵੀ ਮਤਲਬ ਤੈਨੂੰ ਆਡੀਸ਼ਨ ਦੇ ਲਈ ਖੜਨਾ ਹੈ ਇਸ ਸ਼ੋਅ ਲਈ ਮੈਂ ਮਤਲਬ ਵੱਧ ਤੋਂ ਵੱਧ ਤਿਆਰੀ ਕਰ ਰਹਾ ਅਤੇ ਹੌਲੀ ਹੌਲੀ ਮਤਲਬ ਕਰਾਂਗਾ ਕਦੋਂ ਤੋਂ ਗਾਇਕੀ ਸਟਾਰਟ ਕੀਤੀ ਅਤੇ ਕਦੋਂ ਕੌਣ ਕਿੰਨੇ ਸਿਖਾਇਆ ਤੁਹਾਨੂੰ ਘਰ ਵਿੱਚ ਵੀ ਕੋਈ ਗਾਉਂਦਾ ਹਾਂਜੀ ਸਾਰੇ ਗਾਉਂਦੇ ਆ ਅਤੇ ਮੈਂ ਉਸਤਾਦ ਮਲਕੀਤ ਸਿੰਘ ਜੀ ਤੋਂ ਸਿੱਖਿਆ ਹੈ ਓਕੇ ਸੋ ਸਾਨੂੰ ਥੋੜ੍ਹਾ ਜਿਹਾ ਗੀਤ ਸੁਣਾ ਦਿਓ ਠੀਕ ਹੈ ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫਿਰ ਦੁਬਾਰਾ ਆਵਾਂ ਮੈਂ ਜੋ ਵੀ ਜੂਨ ਹੰਡਾਵਾਂ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਠੀਕ ਹੈ ਪ੍ਰੀ ਐਡੀਸ਼ਨਸ ਲਈ ਜਾਣਾ ਹੈ ਪੂਰੀ ਤਿਆਰੀ ਹੈ ਹਾਂਜੀ ਅਤੇ ਕਿੱਥੋਂ ਤੱਕ ਜਾਣ ਦਾ ਸੋਚਿਆ ਜਿੱਥੋਂ ਤੱਕ ਮਾਲਕ ਚਾਹੋ ਉੱਥੋਂ ਤੱਕ ਤਾਂ ਜਾਵਾਂਗੇ ਇਹ ਤੁਹਾਡੇ ਬ੍ਰਦਰ ਨੇ ਹਾਂਜੀ ਨਹੀਂ ਇਹ ਮੇਰੇ ਸਾਥ ਆਏ ਵੈਸੇ ਬ੍ਰਦਰ ਅੱਗੇ ਹੀ ਹੈ ਤੁਹਾਡਾ ਕੀ ਨਾਮ ਹੈ ਅਭਿਨੂਰ ਸਿੰਘ ਤੁਸੀਂ ਵੀ ਗਾਉਂਦੇ ਹੋ ਹਾਂਜੀ ਕੁਝ ਸੁਣਾ ਦਿਓ ਫਿਰ ਸਾਨੂੰ ਨਿੱਤ ਵੰਡਾ ਮੈਨੇ ਆਜਾਂ ਨਾਲੇ ਕਰਾਂ ਫਰਿਆਦਾਂ ਨਿੱਤ ਵੰਡਾ ਮੈਨੇ ਆਜਾਂ ਨਾਲੇ ਕਰਾਂ ਫਰਿਆਦਾਂ ਪੱਲਾ ਅੱਡ ਕੇ ਮੈਂ ਮੰਗਾਂ ਖੈਰ ਤੇਰੇ ਦਮ ਦੀ ਰਾਂਝਣਾ ਵੇ ਤੇਰੇ ਪਿੱਛੋਂ ਹੀਰ ਕਿਹੜੇ ਕੰਮ ਦੀ ਰਾਂਝਣਾ ਵੇ ਤੇਰੇ ਪਿੱਛੋਂ ਹੀਰ ਕਿਹੜੇ ਕੰਮ ਦੀ ਕਿੰਨੀ ਉਮਰ ਹੈ ਤੁਹਾਡੀ 11 ਸਾਲ ਤੁਸੀਂ ਆਡੀਸ਼ਨ ਦੇ ਸਕਦੇ ਹੋ ਪਤਾ ਨਹੀਂ ਅਜੇ ਨਹੀਂ ਦੇ ਸਕਦੇ ਕਿਉਂਕਿ 15 ਤੋਂ 35 ਤੱਕ ਦੀ ਏਜ ਆ ਪਰ ਅੱਗੇ ਆਉਣਾ ਹੈ ਜਦੋਂ 15 ਦੇ ਹੋ ਗਏ ਉਦੋਂ ਵੀ ਤੁਸੀਂ ਗਾਉਂਦਾ ਪੰਜਾਬ ਚ ਆਓਗੇ ਹਾਂਜੀ ਹਾਂਜੀ ਕਦੋਂ ਤੋਂ ਸਿੱਖ ਰਹੇ ਹੋ ਗਾਈ ਸਾਲ ਹੋ ਗਿਆ ਕੌਣ ਸਿਖਾਉਂਦਾ ਤਾਊ ਕਰਦੇ ਪੂਰੀ ਸਪੋਰਟ ਕਰਦੇ ਨੇ ਕਿ ਹਾਂ ਤੁਸੀਂ ਗਾਓ ਹਾਂਜੀ ਕੀ ਸੋਚਿਆ ਕਿ ਗਾਇਕੀ ਦੇ ਰਾਹੀਂ ਕਿੱਥੇ ਤੱਕ ਜਾਣਾ ਕੀ ਬਣਨਾ ਹੈ ਸਿੰਗਰ ਹੀ ਬਣਾ ਕੇ ਕੀ ਸੁਪਨੇ ਪੂਰੇ ਕਰਨੇ ਨੇ ਸਿੰਗਰ ਕੋਈ ਸੁਪਨਾ ਹੈਗਾ ਸਿੰਗਰ ਦਾ ਸੁਪਨਾ ਤੁਹਾਡਾ ਕੀ ਸੁਪਨਾ ਕੀ ਸੁਪਨੇ ਪੂਰੇ ਕਰੋਗੇ ਜੇ ਤੁਸੀਂ ਸ਼ੋਅ 'ਚ ਜਿੱਤ ਜਾਂਦੇ ਹੋ ਮੈਂ ਆਪਣੇ ਮਾਤਾ ਪਿਤਾ ਦਾ ਸੁਪਨਾ ਕਰੂੰਗਾ ਅਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਕਰਦੇ ਸਪੋਰਟ ਕਰਦੇ ਨੇ ਹਾਂਜੀ ਹਾਂਜੀ ਕੀ ਕਹਿੰਦੇ ਨੇ ਕਿ ਗਾ ਲਓ ਜਾਂ ਪੜ੍ਹਾਈ ਵੱਲ ਪੜ੍ਹਾਈ 'ਚ ਵੀ ਪੜ੍ਹਾਈ 'ਚ ਧਿਆਨ ਹੈਗਾ ਹਾਂਜੀ 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 ਜ਼ਿਆਦਾ ਪੜ੍ਹਾਈ ਵਧੀਆ ਲੱਗਦੀ ਕਿ ਸਿੰਗਿੰਗ ਨਹੀਂ ਦੋਵੇਂ ਸਹੀ ਲੱਗਦੇ ਆ ਸਿੰਗਿੰਗ ਵੀ ਵਧੀਆ ਲੱਗਦੀ ਆ ਪੜ੍ਹਾਈ ਵੀ ਵਧੀਆ ਲੱਗਦੀ ਓਕੇ ਸੋ ਗਾਉਂਦਾ ਪੰਜਾਬ 'ਚ ਜੇ ਤੁਸੀਂ ਇਹ ਆਡੀਸ਼ਨਸ ਪਾ ਲਈ ਕਰ ਜਾਂਦੇ ਹੋ ਫਿਰ ਤੁਸੀਂ ਸਟੂਡੀਓ ਰਾਊਂਡ 'ਚ ਜਾਓਗੇ ਮੋਹਾਲੀ ਫਿਰ ਉੱਥੇ ਜਾ ਕੇ ਕੀ ਸੋਚਿਆ ਹੈ ਕਿ ਸਭ ਤੋਂ ਪਹਿਲਾਂ ਜਦੋਂ ਮੈਂ ਜਿੱਤੂੰਗਾ ਅਤੇ ਕਿਹਨੂੰ ਦੱਸੂੰਗਾ ਕਿ ਮੈਂ ਜਿੱਤ ਗਿਆ ਮੈਂ ਆਪਣੇ ਉਸਤਾਦ ਜੀ ਨੂੰ ਦੱਸੂੰਗਾ ਕਿ ਮੈਂ ਉਸਤਾਦ ਜੀ ਜਿੱਤ ਗਿਆ ਕਿਉਂਕਿ ਉਹਨਾਂ ਦੀ ਬਦੌਲਤ ਨਾਲ ਮੈਂ ਅੱਜ ਤੱਕ ਇੱਥੇ ਪਹੁੰਚਿਆ 12 ਸਾਲ ਮੈਂ ਬੇਲੇ ਗਾਏ ਦੱਸ ਮੇਰੇ ਕਿਹੜੇ ਕੰਮ ਆਏ ਫਿਰ ਸਿਆਲੀ ਵਾਂਗ ਛੁਦਾਈਆਂ ਕੰਨ ਪੜਵਾ ਕੇ ਮੁੰਦਰਾਂ ਪਾਈਆਂ ਮੇਲਿਆਂ ਦੇ ਵਿੱਚ ਹਾਲ ਦੁਹਾਈਆਂ ਪਾਵਾਂ ਮੇਰੀ ਇਹੀ ਰਹਿਣੀ ਖਾਲੀ ਹੱਥ ਕਿੰਜ ਤਖਤ ਹਜ਼ਾਰੇ ਜਾਵਾਂ ਮੇਰੀ ਇਹੀ ਰਹਿਣੀ ਖਾਲੀ ਹੱਥ ਕਿੰਜ ਤਖਤ ਹਜ਼ਾਰੇ ਓ ਚੁੱਪ ਰਹੀ ਤੂੰ ਕੁਝ ਨਾ ਬੋਲੀ ਜਾ ਬੈਠੀ ਸਹਿਦੇ ਦੀ ਡੋਲੀ ਖੇੜਿਆਂ ਦੇ ਕਰ ਖੁਸ਼ੀਆਂ ਖੇੜੇ ਹੌਂਕੇ ਹੰਝੂ ਸਾਡੀ ਚੋਲੀ ਖੇੜਿਆਂ ਦੇ ਕਰ ਖੁਸ਼ੀਆਂ ਖੇੜੇ ਹੌਂਕੇ ਹੰਝੂ ਸਾਡੀ ਚੋਲੀ ਬੈਠ ਲੈ ਤੇਰੋ ਮਾਰਾਂ ਬੈਠ ਲੈ ਤੇਰੋ ਮਾਰਾਂ ਤਾਵਾਂ ਮੇਰੀ ਇਹੀ ਰਹਿਣੀ ਖਾਲੀ ਹੱਥ ਕਿੰਜ ਤਖਤ ਹਜ਼ਾਰੇ ਜਾਵਾਂ ਮੇਰੀ ਇਹੀ ਰਹਿਣੀ ਖਾਲੀ ਹੱਥ ਕਿੰਜ ਤਖਤ ਹਜ਼ਾਰੇ ਓ